ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਅਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਹਾਂ ਪੰਜਾਬੀ ਪੁਸਤਕ 5ਵੀਂ ਜਮਾਤ ਦੀ 17ਵਾਂ ਪਾਠ ਕਰਨ ਜਾ ਰਹੇ ਹਾਂ, ਜੋ ਕਿ ਹੈ ਸਾਡਾ ਸਕੂਲ, ਅਤੇ ਇਹ ਇੱਕ ਕਵਿਤਾ ਹੈ। ਆਓ ਰਲ ਕੇ ਪੜ੍ਹੀਏ ਇਹ ਕਵਿਤਾ। ਸਾਡੇ ਸਕੂਲ ਵਿੱਚ ਹੁੰਦੀ ਹੈ ਪੜ੍ਹਾਈ ਵਧੀਆ, ਇਹਨੇ ਵਿਦਿਆ ਦੀ ਜੋਤ ਹੈ ਜਗਾਈ ਵਧੀਆ। ਸੋਹਣੇ ਚਿੱਤਰਾਂ ਦੇ ਨਾਲ ਨੇ ਸ਼ਿੰਗਾਰੇ ਕਮਰੇ, ਨਿੱਤ ਹੁੰਦੀ ਰਹਿੰਦੀ ਇਹਨਾਂ ਦੀ ਸਫਾਈ ਵਧੀਆ। ਤੇ ਇੱਥੇ ਦੱਸਿਆ ਗਿਆ ਵੀ ਸਾਡਾ ਸਕੂਲ ਉਹ ਪੜ੍ਹਾਈ ਵਿੱਚ ਬਹੁਤ ਵਧੀਆ ਹੈਗਾ। ਸਾਡੇ ਮੈਡਮ, ਸਾਡੇ ਟੀਚਰ ਸਾਡਾ ਬਥੇਰਾ ਧਿਆਨ ਰੱਖਦੇ ਨੇ, ਪੜ੍ਹਾਈ ਕਰਾਉਂਦੇ ਨੇ। ਇਹਨੇ ਵਿਦਿਆ ਦੀ ਜੋਤ ਹੈ ਜਗਾਈ ਵਧੀਆ, ਜਿਹਦਾ ਮਤਲਬ ਹੈ ਸਾਨੂੰ ਵਧੀਆ ਗਿਆਨ ਸਿੱਖਣ ਨੂੰ ਮਿਲਦਾ, ਵਧੀਆ ਵਧੀਆ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਇੱਥੇ ਸੋਹਣੇ ਸੋਹਣੇ ਚਿੱਤਰ ਲੱਗੇ ਹੋਏ ਨੇ, ਚਾਰਟ ਲੱਗੇ ਹੋਏ ਨੇ, ਸੋਹਣੀ ਸੋਹਣੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਸਾਡੇ ਕਮਰੇ ਦੇ ਵਿੱਚ, ਜਿਹਦੇ ਨਾਲ ਸਾਡੇ ਕਮਰੇ ਦੀ ਸ਼ੋਭਾ ਵਧੀ ਹੋਈ ਹੈ। ਅਤੇ ਨਿੱਤ, ਜਿਹਦਾ ਮਤਲਬ ਰੋਜ਼, ਇੱਥੇ ਸਫਾਈ ਵੀ ਹੁੰਦੀ ਹੈ ਵਧੀਆ। ਇੱਥੇ ਛਾਂਦਾਰ ਬਿਰਖਾਂ ਨੇ ਲਾਈਆਂ ਰੌਣਕਾਂ, ਸਾਡੇ ਵਿਹੜੇ ਵਿੱਚ ਫੁੱਲਾਂ ਨੇ ਵਧਾਈਆਂ ਰੌਣਕਾਂ। ਪੂਰੀ ਫਿਜ਼ਾ ਹੀ ਹੈ ਰਹਿੰਦੀ, ਮਹਿਕਾਇਆ ਵਧੀਆ ਸਾਡੇ ਸਕੂਲ। ਅਤੇ ਹੁਣ ਬਾਹਰ ਵੀ ਗੱਲ ਕੀਤੀ ਗਈ ਹੈ ਵੀ ਇੱਥੇ ਬਹੁਤ ਸਾਰੇ ਰੁੱਖ ਲੱਗੇ ਹੋਏ ਨੇ, ਅਤੇ ਨਾਲ ਦੀ ਨਾਲ ਰੁੱਖਾਂ ਨੇ ਰੌਣਕਾਂ ਲਾਈਆਂ ਹੋਈਆਂ ਨੇ। ਆਹ ਦੇਖੋ, ਬਹੁਤ ਸਾਰੇ ਰੁੱਖ ਨੇ ਅਤੇ ਵਧੀਆ ਵਧੀਆ ਫੁੱਲ ਵੀ ਲੱਗੇ ਹੋਏ ਨੇ ਇੱਧਰ, ਜਿਹਦੇ 'ਚੋਂ ਵਧੀਆ ਵਧੀਆ ਮਹਿਕ ਆਉਂਦੀ ਹੈ ਅਤੇ ਇੰਝ ਲੱਗਦਾ ਵੀ ਰੌਣਕ ਲੱਗੀ ਹੋਈ ਹੈ। ਇਹ ਹੈਗਾ ਸਾਡਾ ਸਕੂਲ ਵਧੀਆ। ਅੱਗੇ ਦੱਸਿਆ, ਬਾਹਰ ਕੰਧਾਂ ਉੱਤੇ ਲਿਖੇ ਉਪਦੇਸ਼ ਦਿਸਦੇ, ਚੰਗੇ ਜੀਵਨ ਲਈ ਦਿੰਦੇ ਇਹ ਸੰਦੇਸ਼ ਦਿਸਦੇ। ਦਿਲ ਡੁੱਬਦੀ ਹੈ ਇਹਨਾਂ ਦੀ ਲਿਖਾਈ ਵਧੀਆ, ਸਾਡੇ ਸਕੂਲ ਅੱਗੇ ਉਹੀ ਹੈ ਵਿੱਚ ਹੁੰਦੀ ਹੈ ਪੜ੍ਹਾਈ ਵਧੀਆ। ਅਤੇ ਇੱਥੇ ਦੱਸਿਆ ਗਿਆ ਵੀ ਬਾਹਰ ਸਕੂਲ ਦੀ ਦੀਵਾਰਾਂ 'ਤੇ, ਕੰਧਾਂ 'ਤੇ ਉਪਦੇਸ਼ ਲਿਖੇ ਹੋਏ ਨੇ ਵੀ ਸਾਫ ਸਫਾਈ ਰੱਖੋ। ਆ ਦੇਖੋ, ਸਫਾਈ ਰੱਖੋ, ਸਦਾ ਸੱਚ ਬੋਲੋ, ਵਿਦਿਆ ਅਤੇ ਹੋਰ ਗੱਲਾਂ ਲਿਖੀਆਂ ਗਈਆਂ ਨੇ। ਅਤੇ ਇੱਥੇ ਦੱਸਿਆ ਗਿਆ ਇਹ ਜੀਵਨ ਦੀ ਸਿੱਖਿਆ ਵੀ ਦਿੰਦੇ ਨੇ ਅਤੇ ਸਾਡੇ ਵਿੱਚ ਚੰਗੇ ਕਰਮ ਕਰਨ ਦੀ ਸਿੱਖ ਵੀ ਦਿੰਦੇ ਨੇ, ਅਤੇ ਇਹਨਾਂ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। ਦਿਲ ਟੁੰਬਦੀ ਹੈ ਇਹਨਾਂ ਦੀ ਲਿਖਾਈ ਵਧੀਆ, ਜਿਹਦਾ ਮਤਲਬ ਹੈ ਮੇਰਾ ਦਿਲ ਭਰ ਆਉਂਦਾ, ਇੰਨੀ ਸੋਹਣੀ ਲਿਖਾਈ ਵਿੱਚ ਉਪਦੇਸ਼ ਦਿੱਤੇ ਹੋਏ ਨੇ ਕਿ ਦਿਲ ਖੁਸ਼ ਹੋ ਜਾਂਦਾ ਦੇਖ ਕੇ, ਇੰਨਾ ਵਧੀਆ ਹੈਗਾ ਸਾਡਾ ਸਕੂਲ। ਅੱਗੇ ਲਿਖਿਆ, ਇੱਥੇ ਪੁਸਤਕਾਂ ਦੀ ਰਹਿੰਦੀ ਸਾਨੂੰ ਥੋੜ ਕੋਈ ਨਾ, ਰੋਟੀ ਘਰੋਂ ਲੈ ਕੇ ਆਉਣ ਦੀ ਵੀ ਲੋੜ ਕੋਈ ਨਾ, ਸਕੂਲ ਵਿੱਚੋਂ ਮਿਲੇ ਪੱਕੀ ਤੇ ਪਕਾਈ ਵਧੀਆ, ਹੁੰਦੀ ਸਾਡੇ ਸਕੂਲ ਵਿੱਚ ਪੜ੍ਹਾਈ ਵਧੀਆ। ਅਤੇ ਇੱਥੇ ਦੱਸਿਆ ਗਿਆ ਵੀ ਸਾਡੇ ਸਕੂਲ ਵਿੱਚ ਬਹੁਤ ਕਿਤਾਬਾਂ, ਬਹੁਤ ਪੁਸਤਕਾਂ ਨੇ ਕਿ ਸਾਨੂੰ ਪੁਸਤਕਾਂ ਦੀ ਕਦੇ ਵੀ ਥੋੜ ਨਹੀਂ ਪੈਂਦੀ, ਕੋਈ ਕਮੀ ਨਹੀਂ ਹੁੰਦੀ, ਰੋਟੀ ਵੀ ਲਿਆਉਣ ਦੀ ਲੋੜ ਨਹੀਂ ਹੈ ਕਰੋ, ਕਿਉਂਕਿ ਇੱਥੇ ਸਾਨੂੰ ਪੱਕੀ ਪਕਾਈ ਰੋਟੀ ਮਿਲਦੀ ਹੈ, ਮਿਡ ਡੇ ਮੀਲ ਮਿਲਦਾ ਹੋਏਗਾ ਨਾ ਬੱਚਿਓ ਤੁਹਾਨੂੰ ਵੀ। ਅਤੇ ਇੱਥੇ ਦੱਸਿਆ ਗਿਆ ਵੀ ਇਹ ਹੈਗਾ ਵਧੀਆ ਸਾਡਾ ਸਕੂਲ, ਬਹੁਤ ਹੀ ਵਧੀਆ ਹੈਗਾ। ਇੱਥੇ ਸ਼ੁੱਧ ਪਾਣੀ, ਸ਼ੁੱਧ ਹੀ ਹਵਾ ਮਿਲਦੀ, ਰਤਾ ਢਿੱਲੇ ਮੱਠੇ ਹੋਈਏ ਤਾਂ ਦਵਾ ਮਿਲਦੀ, ਚੰਗੀ ਸੋਚ ਲਈ ਮਿਲੇ ਅਗਵਾਈ ਵਧੀਆ, ਸਾਡੇ ਸਕੂਲ ਵਿੱਚ ਹੁੰਦੀ ਪੜ੍ਹਾਈ ਵਧੀਆ। ਅਤੇ ਇੱਥੇ ਦੱਸਿਆ ਗਿਆ ਹੈ ਬੱਚਿਓ ਵੀ ਇੱਥੇ ਸ਼ੁੱਧ ਪਾਣੀ ਮਿਲਦਾ, ਸਾਫ਼ ਪਾਣੀ ਮਿਲਦਾ, ਹਵਾ ਵੀ ਤਾਜ਼ੀ ਹੈਗੀ ਹੈ ਕਿਉਂਕਿ ਫੁੱਲ ਬੂਟੇ ਲੱਗੇ ਹੋਏ ਨੇ ਬਹੁਤ ਸਾਰੇ, ਅਤੇ ਜੇ ਜਮਾਂ ਵੀ ਅਸੀਂ ਢਿੱਲੇ ਹੋਈਏ ਨਾ, ਬਿਮਾਰ ਹੋ ਜਾਈਏ ਤਾਂ ਦਵਾ ਵੀ ਮਿਲਦੀ ਹੈ ਇੱਥੇ, ਦਵਾਈ ਵੀ ਮਿਲਦੀ ਹੈ, ਅਤੇ ਜੇ ਅਸੀਂ ਆਪਣੀ ਸੋਚ ਚੰਗੀ ਰੱਖੀਏ ਤਾਂ ਉਹਦੀ ਅਗਵਾਈ ਵੀ ਮਿਲਦੀ ਹੈ। ਅਰਥ ਹੈ ਵੀ ਸਾਨੂੰ ਚੰਗੀ ਸੋਚ ਰੱਖਣ ਲਈ ਉਦੇਸ਼ ਦਿੱਤੇ ਜਾਂਦੇ ਨੇ, ਦੱਸਿਆ ਜਾਂਦਾ ਵੀ ਵਧੀਆ ਸੋਚੋ। ਤੇ ਇੱਥੇ ਉਹੀ ਆ ਗਿਆ, ਸਾਡੇ ਸਕੂਲ ਵਿੱਚ ਹੁੰਦੀ ਹੈ ਪੜ੍ਹਾਈ ਵਧੀਆ। ਅੱਗੇ ਚੱਲਦੇ ਹਾਂ, ਇੱਥੇ ਮਾਪੇ ਅਧਿਆਪਕਾਂ ਦਾ ਹੁੰਦਾ ਹੈ ਮਿਲਾਪ, ਮਾਪੇ ਬੱਚਿਆਂ ਦੇ ਬਾਰੇ ਸਭ ਜਾਣ ਲੈਂਦੇ ਆਪ, ਚੰਗੇ ਬੱਚਿਆਂ ਨੂੰ ਮਿਲੇ ਵਡਿਆਈ ਵਧੀਆ, ਸਾਡੇ ਸਕੂਲ ਵਿੱਚ ਹੁੰਦੀ ਹੈ ਪੜ੍ਹਾਈ ਵਧੀਆ। ਤੇ ਇੱਥੇ ਦੱਸਿਆ ਗਿਆ ਵੀ ਇਹ ਉਹ ਥਾਂ ਹੈਗੀ ਹੈ ਜਿੱਥੇ ਮਾਪੇ ਅਤੇ ਅਧਿਆਪਕ ਮਿਲਦੇ ਨੇ ਆਪਸ ਵਿੱਚ, ਉਹਨਾਂ ਦਾ ਮਿਲਾਪ ਹੁੰਦਾ ਹੈ ਤਾਂ ਜੋ ਪਤਾ ਲੱਗ ਸਕੇ ਵੀ ਬੱਚੇ ਕਿਹੋ ਜਿਹਾ ਪੜ੍ਹ ਰਹੇ ਨੇ, ਕੀ ਕੀ ਕਰ ਰਹੇ ਨੇ ਸਕੂਲ ਵਿੱਚ।
ਦੇ ਮਾਪੇ ਬੱਚਿਆਂ ਬਾਰੇ ਜਾਣ ਲੈਂਦੇ ਨੇ, ਸਭ ਕੁਝ ਜਾਣ ਲੈਂਦੇ ਨੇ ਵੀ ਉਹ ਸਕੂਲ ਵਿੱਚ ਕੀ ਕੀ ਕਰਦੇ ਨੇ, ਕੌਣ ਕੌਣ ਪੜ੍ਹਦਾ, ਕੌਣ ਕੌਣ ਨਹੀਂ ਪੜ੍ਹਦਾ। ਤੇ ਜਿਹੜੇ ਚੰਗੇ ਬੱਚੇ ਹੁੰਦੇ ਨੇ ਉਹਨਾਂ ਨੂੰ ਵਡਿਆਈ ਮਿਲਦੀ ਹੈ, ਸ਼ਾਬਾਸ਼ੀ ਮਿਲਦੀ ਹੈ। ਤੇ ਇਹੀ ਗੱਲ ਕੀਤੀ ਗਈ ਹੈ ਸਾਡੇ ਸਕੂਲ ਬਾਰੇ। ਅੱਗੇ ਚੱਲਦੇ ਹਾਂ ਬੱਚਿਓ, ਔਖੇ ਸ਼ਬਦਾਂ ਦੇ ਅਰਥ। ਜੋਤ, ਰੌਸ਼ਨੀ, ਪ੍ਰਕਾਸ਼, ਚਮਕ। ਫਿਜ਼ਾ, ਵਾਤਾਵਰਨ ਜਾਂ ਫਿਰ ਮਾਹੌਲ। ਸੰਦੇਸ਼, ਸੁਨੇਹਾ, ਰੁਚੀ, ਦਿਲਚਸਪੀ, ਚਾਅ, ਇੱਛਾ, ਝੁਕਾ। ਸ਼ਿੰਗਾਰੇ, ਜਿਹਦਾ ਮਤਲਬ ਹੁੰਦਾ ਹੈ ਸਜਾਏ ਹੋਏ ਜਾਂ ਸਵਾਰੇ ਹੋਏ। ਉਪਦੇਸ਼, ਸਿੱਖਿਆ, ਗੁਰੂ ਦੀ ਮੱਤ ਜਾਂ ਫਿਰ ਨਸੀਹਤ। ਦਿਲ ਟੁੰਬਦੀ, ਦਿਲ ਨੂੰ ਖਿੱਚ ਪਾਉਂਦੀ, ਖੁਸ਼ ਕਰ ਦਿੰਦੀ ਦਿਲ। ਅੱਗੇ ਹੈ ਪਾਠ ਅਭਿਆਸ। ਪਹਿਲਾ, ਖਾਲੀ ਸਥਾਨ ਭਰੋ ਊੜਾ। ਸੋਹਣੇ ਚਿੱਤਰ ਦੇ ਨਾਲ ਨੇ ਸ਼ਿੰਗਾਰੇ, ਇੱਥੇ ਲਿਖਾਂਗੇ ਕਮਰੇ। ਐੜਾ, ਚੰਗੇ ਜੀਵਨ ਲਈ ਦਿੰਦੇ ਇਹ ਸੰਦੇਸ਼ ਦਿਸਦੇ। ਈੜੀ ਹੈ ਸਕੂਲ ਵਿੱਚੋਂ ਮਿਲੇ ਪੱਕੀ ਤੇ ਪਕਾਈ ਰੋਟੀਆਂ। ਸੱਸਾ ਹੈ ਚੰਗੀ ਸੋਚ ਲਈ ਮਿਲੇ, ਇੱਥੇ ਲਿਖ ਦਿੰਦੇ ਹਾਂ ਅਗਵਾਈ। ਵਧੀਆ। ਹਾ ਹਾ, ਮਾਪੇ ਬੱਚਿਆਂ ਦੇ ਬਾਰੇ ਸਭ ਜਾਣ ਲੈਂਦੇ ਆਪ। ਅੱਗੇ ਚੱਲਦੇ ਹਾਂ ਬੱਚਿਓ, ਦੂਜਾ ਪ੍ਰਸ਼ਨ ਹੈ, ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ। ਪਹਿਲਾ ਊੜਾ ਹੈ, ਸਾਡੇ ਸਕੂਲ ਵਿੱਚ ਪੜ੍ਹਾਈ ਕਿਹੋ ਜਿਹੀ ਹੁੰਦੀ ਹੈ? ਤੁਸੀਂ ਲਿਖ ਸਕਦੇ ਹੋ ਸਾਡੇ ਸਕੂਲ ਵਿੱਚ ਪੜ੍ਹਾਈ ਵਧੀਆ ਜਾਂ ਫਿਰ ਬਹੁਤ ਵਧੀਆ ਹੁੰਦੀ ਹੈ। ਐੜਾ, ਇਸ ਦੇ ਕਮਰੇ ਕਿਹੋ ਜਿਹੇ ਹਨ? ਇਸ ਦੇ ਕਮਰੇ ਸੋਹਣੇ, ਚਿੱਤਰਾਂ ਨਾਲ ਸ਼ਿੰਗਾਰੇ ਹੋਏ ਨੇ। ਈੜੀ, ਵਿਹੜੇ ਵਿੱਚ ਰੌਣਕ ਕਿਸਨੇ ਲਾਈ ਹੈ? ਵਿਹੜੇ ਵਿੱਚ ਰੌਣਕ ਫੁੱਲਾਂ ਨੇ ਲਾਈ ਹੈ। ਸੱਸਾ, ਉਪਦੇਸ਼ ਕਿੱਥੇ ਲਿਖੇ ਹੋਏ ਨੇ? ਉਪਦੇਸ਼ ਬਾਹਰ ਕੰਧਾਂ ਤੇ ਲਿਖੇ ਹੋਏ ਨੇ। ਹਾ ਹਾ, ਚੰਗੇ ਬੱਚਿਆਂ ਨੂੰ ਕੀ ਮਿਲਦਾ ਹੈ? ਚੰਗੇ ਬੱਚਿਆਂ ਨੂੰ ਇੱਥੋਂ ਵਡਿਆਈ ਮਿਲਦੀ ਹੈ। ਤੀਜਾ ਪ੍ਰਸ਼ਨ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਸਭ ਤੋਂ ਪਹਿਲਾਂ ਹੈਗਾ ਹਵਾਦਾਰ, ਆਪਾਂ ਲਿਖ ਸਕਦੇ ਹਾਂ ਸਕੂਲ ਦੇ ਕਮਰੇ ਹਵਾਦਾਰ ਹਨ। ਚਿੱਤਰ, ਕਮਰੇ ਸੋਹਣੇ ਚਿੱਤਰਾਂ ਨਾਲ ਸ਼ਿੰਗਾਰੇ ਹੋਏ ਹਨ। ਛਾਂਦਾਰ, ਮੈਦਾਨ ਵਿੱਚ ਛਾਂਦਾਰ ਰੁੱਖ ਲੱਗੇ ਹਨ। ਰੌਣਕਾਂ, ਸਕੂਲ ਵਿੱਚ ਬੱਚਿਆਂ ਨਾਲ ਰੌਣਕਾਂ ਹੁੰਦੀਆਂ ਹਨ। ਸੰਦੇਸ਼, ਸਕੂਲ ਦੀ ਬਾਹਰਲੀ ਕੰਧਾਂ ਤੇ ਚੰਗੇ ਸੰਦੇਸ਼ ਲਿਖੇ ਹੁੰਦੇ ਹਨ। ਰੁਚੀ, ਮੈਨੂੰ ਚਿੱਤਰਕਾਰੀ ਵਿੱਚ ਬਹੁਤ ਰੁਚੀ ਹੈ। ਆਓ ਇਹਨਾਂ ਨੂੰ ਹੁਣ ਲਿਖ ਲਈਏ। ਸਭ ਤੋਂ ਪਹਿਲਾਂ ਸਕੂਲ ਦੇ ਕਮਰੇ ਹਵਾਦਾਰ ਹਨ। ਦੂਜਾ, ਕਮਰੇ ਸੋਹਣੇ ਚਿੱਤਰਾਂ ਨਾਲ ਸ਼ਿੰਗਾਰੇ ਹੋਏ ਹਨ। ਤੀਜਾ, ਮੈਦਾਨ ਵਿੱਚ ਸ਼ਾਨਦਾਰ ਰੁੱਖ ਲੱਗੇ ਹਨ।
ਚੌਥਾ ਸਕੂਲ ਵਿੱਚ ਬੱਚਿਆਂ ਨਾਲ ਰੌਣਕਾਂ ਹੁੰਦੀਆਂ ਹਨ। ਪੰਜਵਾਂ ਸਕੂਲ ਦੀ ਬਾਹਰਲੀ ਕੰਧਾਂ ਤੇ ਚੰਗੇ ਸੰਦੇਸ਼ ਲਿਖੇ ਹੁੰਦੇ ਹਨ। ਤੇ ਛੇਵਾਂ ਰੁਚੀ ਮੈਨੂੰ ਚਿੱਤਰਕਾਰੀ ਵਿੱਚ ਬਹੁਤ ਰੁਚੀ ਹੈ। ਠੀਕ ਹੈ ਬੱਚੇ, ਚੌਥਾ ਪ੍ਰਸ਼ਨ, ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ। ਇਹ ਹੈਗੇ ਨੇ ਗੁਰਮੁਖੀ ਵਿੱਚ, ਇੱਥੇ ਹੈਗੇ ਨੇ ਦੇਵਨਾਗਰੀ। ਸੰਦੇਸ਼ ਸੰਦੇਸ਼, ਬਿਰਖ ਵਰਿਕਸ਼, ਭੰਗੜਾ ਭਾਂਗੜਾ, ਚਿੱਤਰ ਚਿੱਤਰ, ਫੁੱਲ ਫੂਲ, ਕਵਿਤਾ ਕਵਿਤਾ, ਮਿਲਾਪ ਮਿਲਾਪ। ਇੱਕ ਆਦਰਸ਼ ਸਕੂਲ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਸ ਬਾਰੇ ਆਪਣੇ ਸਾਥੀਆਂ ਨਾਲ ਚਰਚਾ ਕਰੋ। ਇੱਕ ਆਦਰਸ਼ ਸਕੂਲ ਅਜਿਹਾ ਹੋਣਾ ਚਾਹੀਦਾ ਜਿੱਥੇ ਵਧੀਆ ਪੜ੍ਹਾਈ ਮਿਲਦੀ ਹੈ, ਬੱਚੇ ਆਪਣੇ ਟੀਚਰਾਂ ਦੀਆਂ ਗੱਲਾਂ ਮੰਨਦੇ ਨੇ ਤੇ ਮਾਪੇ ਵੀ ਟਾਈਮ ਤੇ ਆ ਕੇ ਆਪਣੇ ਬੱਚਿਆਂ ਬਾਰੇ ਜਾਣਕਾਰੀ ਲੈਂਦੇ ਨੇ ਤੇ ਬੱਚੇ ਵਧੀਆ ਤਰੀਕੇ ਨਾਲ ਖੇਡਦੇ ਨੇ, ਖਾਂਦੇ ਪੀਂਦੇ ਨੇ ਤੇ ਵਧੀਆ ਵਧੀਆ ਚੀਜ਼ਾਂ ਸਿੱਖਦੇ ਨੇ ਤੇ ਕਦੇ ਵੀ ਛੁੱਟੀ ਵੀ ਨਹੀਂ ਮਾਰਦੇ। ਜੇ ਛੁੱਟੀ ਮਾਰਨ ਤੇ ਆਪਣਾ ਕੰਮ ਕਰਦੇ ਨੇ। ਹਵਾਦਾਰ ਕਮਰੇ, ਸਫਾਈ ਹੋਣੀ ਚਾਹੀਦੀ ਹੈ, ਫੁੱਲ ਬੂਟੇ ਹੋਣੇ ਚਾਹੀਦੇ ਨੇ ਤਾਂ ਜੋ ਤਾਜ਼ੀ ਹਵਾ ਆ ਸਕੇ। ਬੱਚਿਆਂ ਨੂੰ ਇਹ ਵੀ ਸਿਖਾਇਆ ਜਾਣਾ ਚਾਹੀਦਾ ਵੀ ਵੱਡਿਆਂ ਦੀ ਕਿਵੇਂ ਇੱਜ਼ਤ ਕਰਨੀ ਹੈ, ਮਾਣ ਦੇਣਾ ਹੈ ਦੂਜਿਆਂ ਨੂੰ, ਤੇ ਪੜ੍ਹਾਈ ਦੇ ਇਲਾਵਾ ਇਲਾਵਾ ਹੋਰ ਕਾਫੀ ਚੀਜ਼ਾਂ ਵੀ ਸਿਖਾਈਆਂ ਜਾਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ। ਠੀਕ ਹੈ ਬੱਚਿਓ, ਇਹ ਸੀ ਅੱਜ ਦੀ ਕਲਾਸ। ਹੁਣ ਆਪਾਂ ਅਗਲੀ ਕਲਾਸ ਮਿਲਾਂਗੇ, ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।